ਤੁਸੀਂ ਬੋਲਣਾ ਨਹੀਂ ਬੋਲਣਾ ਤੁਹਾਡੀ ਮਰਜ਼ੀ ਆ, ਠੀਕ ਹੈ। ਤੁਸੀਂ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ, ਤੁਹਾਨੂੰ ਬੁਰਾ ਫੀਲ ਹੋਇਆ ਉਹ ਬੋਲ ਦਿਓ, ਤੁਹਾਨੂੰ ਜਿਹੋ ਜਿਹਾ ਫੀਲ ਹੋਇਆ ਉਹ ਜਿਹਾ ਬੋਲ ਦਿਓ। ਜੈ ਮਾਤਾ ਦੀ ਦੋਸਤੋ। ਮਲੌਦ ਤਲੇਰ ਕੁੱਪ ਅਤੇ ਬਾਠਾਂ ਚਾਰ ਪਿੰਡ ਹੋ ਗਏ ਇਕੱਠੇ, ਹੈ ਜੀ। ਇਹਨਾਂ ਨੇ ਲਿਆ ਆਈਫੋਨ 15 ਔਰ ਮੈਨੂੰ ਨਾਲ ਦਿੱਤਾ 13 ਪ੍ਰੋ। ਇਹ ਰੱਖਿਆ ਮੈਂ ਇਹਨਾਂ ਤੋਂ 60,000 ਰੁਪਏ ਦਾ। ਅਗਰ ਕਿਸੇ ਨੇ ਲੈਣਾ ਹੋਵੇ ਥੋੜ੍ਹੇ ਬਹੁਤੇ ਪੈਸੇ ਵਧਾ ਕੇ, ਮੇਰਾ ਥੋੜ੍ਹਾ ਜਿਹਾ ਨਫ਼ਾ ਲਾ ਕੇ ਵਿੱਚ ਆਪਾਂ ਐਡ ਕਰਕੇ ਦੇ ਦਾਂਗੇ, ਮੈਨੂੰ DM ਕਰ ਸਕਦੇ ਹੋ। ਔਰ ਬਾਕੀ ਸ਼ਹਿਰੀ ਵੀਰ, ਮਨੂ ਵੀਰਾ ਅਤੇ ਅਮੀਰ, ਔਰ ਇਹ ਤਾਂ ਇਸ਼ੂ ਸਾਡਾ ਬੱਚਾ ਹੈਗਾ ਹੀ ਹੈ, ਇਹ ਇਸ਼ੂ ਬੱਚਾ ਮਲੌਦ ਸਾਡੇ ਨਾਲ ਬਹੁਤ ਧਾਰਮਿਕ ਕੰਮਾਂ ਦੇ ਵਿੱਚ ਸਾਥ ਦਿੰਦੇ ਨੇ। ਮੈਂ ਬਹੁਤ ਦਿਲੋਂ ਰਿਸਪੈਕਟ ਕਰਦਾ ਬੱਚੇ ਦੀ, ਯਾਨੀ ਕਿ ਬਹੁਤ ਨਾਈਸ ਬੱਚਾ ਹੈ ਜੀ। ਬਾਕੀ ਸ਼ਹਿਰੀ ਵੀਰੇ ਨੇ ਮੋਬਾਈਲ ਲਿਆ ਵਾ 15, ਇਹਨਾਂ ਨੂੰ ਕਿੱਦਾਂ ਫੀਲ ਹੋਇਆ? ਇਹਨਾਂ ਦਾ ਸੁਪਨਾ ਸੀਗਾ ਦਿੱਪੇ ਵੀਰੇ ਤੋਂ ਮੋਬਾਈਲ ਲੈਣਾ, ਕਿ ਜਦੋਂ ਵੀ ਨਵਾਂ ਲੈਣਾ। ਇਹ ਮੇਰੀਆਂ ਰੀਲਾਂ ਦੇਖਦੇ ਨੇ ਔਰ ਫੇਸਬੁੱਕ 'ਤੇ ਵੀ ਮੈਨੂੰ ਲਾਈਕ ਕਰਦੇ ਨੇ। ਕਿਵੇਂ ਲੱਗਿਆ ਜੀ? ਬਹੁਤ ਵਧੀਆ ਲੱਗਿਆ ਜੀ, ਅਤੇ ਜ਼ਿਆਦਾ ਤੋਂ ਜ਼ਿਆਦਾ ਵਿਜ਼ਿਟ ਕਰੋ ਸਟੋਰ ਦੇ ਉੱਪਰ ਆ ਕੇ, ਬਹੁਤ ਵਧੀਆ ਐਂਡ ਡੀਲਿੰਗ ਹੋਈ। ਰੇਟ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ, 1 ਨੰਬਰ ਰੇਟ ਹੈ, 1 ਨੰਬਰ। ਹਾਂਜੀ ਹਾਂਜੀ, ਹੋਰਾਂ ਦੁਕਾਨਾਂ ਨਾਲੋਂ ਬਹੁਤ ਫਰਕ ਹੈ ਜੀ। ਥੈਂਕ ਯੂ। ਹਾਂਜੀ, ਕੁੱਪ ਵਾਲੇ ਹੋ? ਨਹੀਂ, ਵਧੀਆ ਫੀਲ ਹੋਇਆ, ਸਹੀ ਗੱਲ ਹੈ ਜੀ। ਰੇਟ ਵੀ ਮਤਲਬ ਲੁਧਿਆਣੇ ਪਤਾ ਕੀਤਾ ਸੀ ਮੈਂ, ਅਤੇ ਬਹੁਤ ਮਹਿੰਗਾ ਮਿਲ ਰਿਹਾ ਸੀ, ਅਤੇ ਇੱਥੇ ਸਾਨੂੰ ਬਹੁਤ ਵਧੀਆ ਪ੍ਰਾਈਜ਼ ਮਿਲਿਆ ਆ। ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ। ਅਮੀਰ ਖਾਨ ਜੀ। ਹਾਂਜੀ, ਦੀਪੇ ਵੀਰੇ ਵਰਗਾ ਰੇਟ ਕੋਈ ਨਹੀਂ ਦੇ ਸਕਦਾ। ਚੈਲੇਂਜ ਹੈ। ਨਹੀਂ ਨਹੀਂ, ਮੇਰੇ ਸਾਹਮਣੇ ਉਹਨਾਂ ਕਹੀ ਆਇਆ। ਨਹੀਂ ਨਹੀਂ ਜੀ, ਸਿਰ ਹਾਂਜੀ, ਇੱਥੋਂ ਮੋਬਾਈਲ ਖਰੀਦੋ ਬਾਈ। ਥੈਂਕ ਯੂ। ਜੈ ਸ਼੍ਰੀ ਸ਼ਾਮ। ਹਾਂਜੀ, ਜੈ ਸ਼੍ਰੀ ਸ਼ਾਮ। ਬਹੁਤ ਵਧੀਆ, ਕੋਈ ਸ਼ੱਕ ਹੀ ਨਹੀਂ। ਕੀ ਬਾਤ ਹੈ, ਉੱਧਰ 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 ਸ਼ੱਕ ਤਾਂ ਉੱਧਰ। ਜੈ ਮਾਤਾ ਦੀ ਜੀ, ਜੈ ਮਾਤਾ ਦੀ।